ਬਹੁਤ ਹੀ ਪਿਆਰੇ ਬੱਚਿਓ ਮੇਰਾ ਨਾਂ ਹੈ ਸੁਖਵਿੰਦਰ ਗੌਰ ਪੰਜਾਬੀ ਮਿਸਟਰੈਸ ਅਤੇ ਪੰਜਾਬੀ ਰਿਸੋਰਸ ਪਰਸਨ ਬੱਚੇ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਆਪਣਾ ਜੋ ਵਿਰਸਾ ਹੈ ਬਹੁਤ ਅਮੀਰ ਹੈ ਆਪਣਾ ਸਾਹਿਤ ਬਹੁਤ ਅਮੀਰ ਹੈ ਤੇ ਆਪਾਂ ਇਸ ਵਿਰਾਸਤ ਨੂੰ ਸਾਂਭ ਕੇ ਰੱਖਣਾ ਹੈ ਠੀਕ ਹੈ ਨਾ ਇਸ ਦੀ ਅਮੀਰੀ ਨੂੰ ਪਹਿਚਾਣਨਾ ਹੈ ਇਸ ਦੀ ਅਮੀਰੀ ਨੂੰ ਪਹਿਚਾਣ ਕਰਵਾਉਣ ਲਈ ਤੁਹਾਡੇ ਲਈ ਅੱਜ ਆਪਾਂ ਲੈ ਕੇ ਆਏ ਆਂ ਬੋਲੀਆਂ ਲੰਮੀਆਂ ਬੋਲੀਆਂ ਬੱਚਿਓ ਬੋਲੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਨਾ ਨਿੱਕੀਆਂ ਬੋਲੀਆਂ ਤੇ ਲੰਮੀਆਂ ਬੋਲੀਆਂ ਬੋਲੀਆਂ ਆਪਾਂ ਕਿੱਥੇ ਪਾਉਨੇ ਆਂ ਗੀਤਿਆਂ ਦੇ ਵਿੱਚ ਹੈ ਨਾ ਸੋ ਲੰਮੀਆਂ ਬੋਲੀਆਂ ਸਮੂਹਿਕ ਰੂਪ ਵਿੱਚ ਗਾਇਆ ਜਾਣ ਵਾਲਾ ਲੋਕ ਕਾਵ ਹੈ ਮਤਲਬ ਗਾਇਆ ਜਾਂਦੀਆਂ ਨੇ ਹੈ ਨਾ ਇਸ ਵਿੱਚ ਪਹਿਲੀ ਤੁਕਾਂ ਦਾ ਤੋਲ ਅਤੇ ਤੁਕਾਂਤ ਲਗਭਗ ਬਰਾਬਰ ਹੁੰਦਾ ਹੈ ਆਖਰੀ ਤੁਕ ਜਿਸ ਨੂੰ ਤੋੜਾ ਕਿਹਾ ਜਾਂਦਾ ਹੈ ਲਗਭਗ ਅੱਧੀ ਹੁੰਦੀ ਹੈ ਬੋਲੀ ਨੂੰ ਮਰਦ ਵੀ ਗਾਉਂਦੇ ਹਨ ਅਤੇ ਔਰਤਾਂ ਵੀ ਮਰਦ ਇਸ ਨੂੰ ਭੰਗੜੇ ਵਿੱਚ ਗਾਉਂਦੇ ਹਨ ਅਤੇ ਔਰਤਾਂ ਗਿੱਧੇ ਵਿੱਚ ਗਾਉਂਦੀਆਂ ਹਨ ਮਰਦਾਂ ਦੀਆਂ ਬੋਲੀਆਂ ਵਿੱਚ ਮਰਦਾਂ ਦੀ ਦ੍ਰਿਸ਼ਟੀ ਤੋਂ ਸੰਸਾਰ ਨੂੰ ਵੇਖਿਆ ਜਾਂਦਾ ਹੈ ਇਨ੍ਹਾਂ ਵਿੱਚ ਇਸਤਰੀ ਰੂਪ ਦੀ ਵਡਿਆਈ ਕਿਸਾਨੀ ਜੀਵਨ ਦੇ ਅਨੁਭਵ ਵਿੱਚ ਆਉਂਦੀ ਪ੍ਰਕਿਰਤੀ ਫਸਲੀ ਚੱਕਰ ਮੇਲੇ ਤਿਹਾਰ ਆਰਥਿਕ ਤੇ ਸਮਾਜਿਕ ਪਹਿਲੂ ਝਲਕਦੇ ਹਨ ਪੰਜਾਬੀ ਦਾ ਜੀਵਨ ਅਨੁraag ਅਤੇ ਬ੍ਰਹਿਮੰਡ ਨਾਲ ਇੱਕ ਸੁਰਤਾ ਦੀ ਚੇਸ਼ਟਾ ਵੀ ਇਨ੍ਹਾਂ ਬੋਲੀਆਂ ਵਿੱਚੋਂ ਪ੍ਰਗਟ ਹੁੰਦੀ ਹੈ ਔਰਤਾਂ ਦੀਆਂ ਬੋਲੀਆਂ ਵਿੱਚ ਉਹਨਾਂ ਦੀ ਹਰ ਜੀਵਨ ਅਵਸਥਾ ਦੇ ਅਨੁਭਵ ਤੇ ਮਾਨਸਿਕਤਾ ਅਤੇ ਜਜ਼ਬਾਤੀ ਘਟਣ ਨੂੰ ਪ੍ਰਗਟਾਵਾ ਮਿਲਦਾ ਹੈ ਦੋਹਾਂ ਤਰ੍ਹਾਂ ਦੀਆਂ ਬੋਲੀਆਂ ਵਿੱਚ ਕਈ ਥਾਈਂ अनुपवदी सांझवी मिलती है लंबी बोली कौन समय पहला एक जना बोली शुरू करता है कौन समय टोली दे बाकी सहयोगी ਨਾਲ ਉਹ ਨਾਲ ਹੁੰਗਾਰਾ ਭਰਦੇ ਹਨ ਇਹ ਕਈ ਵਾਰੀ ਪ੍ਰਸ਼ਨ ਰੂਪ ਵਿੱਚ ਜਾਂ ਵਿਸਮਿਕ ਬੋਲੀ ਦੇ ਰੂਪ ਵਿੱਚ ਹੁੰਦਾ ਹੈ ਜਿਵੇਂ ਜਦੋਂ ਬੋਲੀ ਗਾਉਣ ਵਾਲਾ ਗਾਉਂਦਾ ਹੈ ਬਾਰੀ ਵਰਸੀ ਖਟਣ ਗਿਆ ਬਾਕੀ ਟੋਲੀ ਪੁੱਛਦੀ ਹੈ ਕੀ ਖਟ ਲਿਆਂਦਾ ਜਾ ਫਿਰ ਬੱਲੇ ਬੱਲੇ ਵਾ ਵਈ ਵਾ ਆਦ ਬੋਲ ਕੇ ਗਾਇਣ ਨੂੰ ਸਮੋਕ ਪਣਾਉਂਦੇ ਹਨ ਜਦੋਂ ਬੋਲੀ ਮੁਕੰਮਲ ਹੋਣ ਤੇ ਆਉਂਦੀ ਹੈ ਤਾਂ ਤੋੜੇ ਦੀ ਤੁਕ ਨੂੰ ਭੰਗੜੇ ਜਾਂ ਗਿੱਧੇ ਦੀ ਤਿੱਖੀ ਲੈ ਵਿੱਚ ਸਾਰੇ ਰਲ ਕੇ ਗਾਉਂਦੇ ਹਨ ਇਸ ਨੂੰ ਬੋਲੀ ਗਾਉਣ ਦਾ ਸਿਖਰ ਕਿਹਾ ਜਾਂਦਾ ਹੈ ਬੱਚਿਓ ਇਸ ਤਰ੍ਹਾਂ ਤੁਸੀਂ ਆਪਣੀ ਕਲਾਸ ਦੇ ਵਿੱਚ ਬੋਲੀਆਂ ਗਾਉਣੀਆਂ ਨੇ ਨਾ ਕਿ ਪੁਸਤਕ ਦੇ ਵਿੱਚੋਂ ਪੜ੍ਹਣੀਆਂ ਨੇ ਠੀਕ ਹੈ ਨਾ ਜੋ ਤੁਹਾਡੀ 11ਵੀਂ ਦੀ ਪਾਠ ਪੁਸਤਕ ਹੈ ਉਸ ਲਈ 8 ਲੰਮੀਆਂ ਬੋਲੀਆਂ ਵੰਨਗੀ ਵਜੋਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਠੀਕ ਹੈ ਤੇ ਪੂਰੇ ਧਿਆਨ ਨਾਲ ਪੂਰੇ ਪਿਆਰ ਨਾਲ ਠੀਕ ਹੈ ਪੰਜਾਬੀ ਵਿਰਸੇ ਨੂੰ ਅੱਗੇ ਰੱਖਦੇ ਹੋਏ ਤੁਸੀਂ ਇਹਨਾਂ ਨੂੰ ਸੁਣਨਾ ਹੈ ਠੀਕ ਹੈ ਬੱਚੋ ਉਹ ਸਾਡੇ ਪਿੰਡ ਦੇ ਮੁੰਡੇ ਵੇਖ ਲੋ ਜੂ ਟਾਲੀ ਦੇ ਪਾਵੇ ਵੀ ਕੰਨੀਦਾਰੇ ਹੈ ਬਨਦੇ ਚਾਦਰੇ ਕੰਨੀਦਾਰੇ ਹੈ ਬਨਦੇ ਚਾਦਰੇ ਪਿੰਜਣੀ ਨਾਲ ਸੁਹਾਵੇ ਵੀ ਦੁਦਿਆ ਕਾਸ਼ਨੀ ਬਨਦੇ ਸਾਫੇ ਦੁਦਿਆ ਕਾਸ਼ਨੀ ਬਨਦੇ ਸਾਫੇ ਜਿਉ ਉੱਡਦਾ ਕਬੂਤਰ ਜਾਵੇ ਵੀ ਮਲਮਲ ਦੇ ਤਾਂ ਕੁਰਤੇ ਪਾਉਂਦੇ ਮਲਮਲੇ ਦੇਤਾ ਕੁਰਤੇ ਪੌਂਦੇ ਜਿਉਂ ਬਗਲਾ ਤਲਾ ਵਿੱਚ ਨਾਵੇ ਪੰਗੜਾ ਪੌਂਦਿਆਂ ਦੀ ਪਈ ਸਿਫਤ ਕਰੀ ਨਾ ਜਾਵੇ ਪੰਗੜਾ ਪੌਂਦਿਆਂ ਦੀ ਸਿਫਤ ਕਰੀ ਨਾ ਜਾਵੇ ਪੰਗੜਾ ਪੌਂਦਿਆਂ ਦੀ ਠੀਕ ਹੈ ਬੱਚੋ ਜਿਵੇਂ ਮੁੰਡੇ ਭੰਗੜੇ ਦੇ ਵਿੱਚ ਇਸ ਨੂੰ ਗਾਉਂਦੇ ਨੇ ਬੋਲੀ ਨੂੰ ਤਾਂ ਜਿਹੜੇ ਬਾਕੀ ਹੁੰਦੇ ਨੇ ਉਹ ਵੀ ਨਾਲ ਦੀ ਨਾਲ ਹੰਕਾਰਾ ਪਾੜਦੇ ਨੇ ਇਸ ਦੇ ਵਿੱਚ ਹੈਨਾ ਤਾਂ ਆਪਾਂ ਕਹਿੰਦੇ ਆ ਬੀ ਇਸ ਵਿੱਚ ਪਿੰਡ ਦੇ ਸੁੰਦਰ ਮੁੰਡਿਆਂ ਦੀ ਸਰੀਰਕ ਬਣਤਰ ਪਹਿਰਾਵੇ ਅਤੇ ਭੰਗੜੇ ਦੇ ਸ਼ੌਂਕ ਦੀ ਪ੍ਰਸ਼ੰਸਾ ਕੀਤੀ ਗਈ ਹੈ ਜਿਵੇਂ ਕਿ ਬੋਲੀ ਪਾਉਣ ਵਾਲਾ ਗੱਭਰੂ ਕਹਿੰਦਾ ਹੈ ਕਿ ਸਾਡੇ ਪਿੰਡ ਦੇ ਮੁੰਡੇ ਬੜੇ ਹੀ ਦਰਸ਼ਨੀ ਹਨ ਵੀ ਸਾਡੇ ਪਿੰਡ ਦੇ ਮੁੰਡੇ ਵੇਖ ਲਓ ਜਿਉ ਟਾਲੀ ਦੇ ਪਾਵੇ ਉਹਨਾਂ ਵੱਲ ਦੇਖੋ ਤਾਂ ਉਹ ਟਾਲੀ ਦੇ ਪਾਵਿਆਂ ਵਰਗੇ ਮਜ਼ਬੂਤ ਜਾਪਦੇ ਹਨ ਟਾਲੀ ਕੀ ਹੁੰਦੀ ਹੈ ਬੱਚੋ ਰੁੱਖੋਂ ਦਾ ਟਾਲੀ ਤੇ ਜੋ ਟਾਲੀ ਤੇ ਬਣੇ ਹੋਏ ਫਰਨੀਚਰ ਹੁੰਦੇ ਹਨ ਪਾਵੇ ਵੈਸੇ ਪਾਵੇ ਕੀ ਹੁੰਦੇ ਨੇ ਮੰਜਿਆਂ ਦੇ ਪਾਵੇ ਨੇ ਜਿੰਨਾ ਉੱਪਰ ਮੰਜਾ ਖੜਦਾ ਹੈ ਇਹ ਨਾ ਪਾਵੇ ਹੁੰਦੇ ਨੇ ਮੰਜਿਆਂ ਦੇ ਵੀ ਮਜ਼ਬੂਤ ਹੁੰਦੇ ਨੇ ਬੱਚੋ ਇਹ ਫਰਨੀਚਰ ਸਾਲਾਂ ਬੱਧੀ ਕਿਦਰੇ ਨਹੀਂ ਜਾਂਦਾ ਸੋ ਇਸ ਤਰ੍ਹਾਂ ਮਜ਼ਬੂਤ ਨੇ ਉਹ ਪੂਰੇ ਕੰਨੀਦਾਰ ਇਹ ਬੰਦੇ ਚਾਦਰੇ ਵੀ ਇਹ ਕੰਨੀਦਾਰ ਚਾਦਰੇ ਬੰਦਦੇ ਨੇ ਜੋ ਸਾਡੇ ਪਿੰਡ ਤੇ ਮੁੰਡੇ ਨੇ ਪਿੰਜਣੀ ਨਾਲ ਸੁਹਾਵੇ ਉਹਨਾਂ ਦੀਆਂ ਪਿੰਜਣੀਆਂ ਨਾਲ ਬਹੁਤ ਹੀ ਸੋਹਣੇ ਲੱਗਦੇ ਨੇ ਚਾਦਰੇ ਠੀਕ ਹੈ ਨਾ ਦੁੱਧਿਆ ਕਾਸ਼ਨੀ ਬਨਦੇ ਸਾਫੇ ਤੇ ਇਹ ਜੋ ਸਾਫੇ ਨੇ ਸਿਰ ਤੇ ਬਨਦੇ ਨੇ ਹੈ ਨਾ ਇਹ ਦੁੱਧਿਆ ਤੇ ਕਾਸ਼ਨੀ ਰੰਗ ਦੇ ਸਾਫੇ ਨੇ ਮਤਲਬ ਸਿਰ ਤੇ ਪੱਗ ਬਨਦੇ ਆਪਾਂ ਨਾ ਪੱਗ ਦੀ ਬਨਗੀ ਸਾਫਾ ਹੁੰਦਾ ਵੀ ਉਦਾਂ ਪ੍ਰਤੀਤ ਹੁੰਦਾ ਜਿਸ ਤਰ੍ਹਾਂ ਕੋਈ ਉੜਦਾ ਕਬੂਤਰ ਜਾ ਰਿਹਾ ਹੁੰਦਾ ਹੈ ਜਿਉ ਉੜਦਾ ਕਬੂਤਰ ਜਾਵੇ ਮਲਮਲ ਦੇ ਤਾਂ ਕੁਰਤੇ ਪਾਉਂਦੇ ਵੀ ਇਹ ਕਾਦੇ ਕੁਰਤੇ ਪਾਉਂਦੇ ਨੇ ਮਲਮਲ ਦੇ ਤਾਂ ਕੁਰਤੇ ਪਾਉਂਦੇ ਜਿਉਂ ਬਗਲਾ ਤਲਾ ਵਿੱਚ ਨਾਵੇ ਐਦਾਂ ਲੱਗਦਾ ਵੀ ਉਹ ਬਗਲਾ ਇੱਕ ਕਾਦੇ ਵਿੱਚ ਨਾ ਰਿਆ ਹੁੰਦਾ ਤਲਾ ਦੇ ਵਿੱਚ ਨਾ ਰਿਆ ਹੁੰਦਾ ਭੰਗੜਾ ਪਾਉਂਦਿਆਂ ਦੀ ਵੀ ਸਿਫਤ ਕਰੀ ਨਾ ਜਾਵੇ ਵੀ ਇੰਨਾ ਸੋਹਣਾ ਭੰਗੜਾ ਪਾਉਂਦੇ ਨੇ ਵੀ ਇਹਨਾਂ ਦੀ ਸਿਫਤ ਨਹੀਂ ਕਰੀ ਜਾਂਦੀ ਸੋ ਆਪਾਂ ਦੇਖਿਆ ਬੀਜ ਦੇ ਵਿੱਚ ਗੱਲ ਆਈਏ ਵੀ ਸਾਡੇ ਜਿਹੜੇ ਪਿੰਡ ਦੇ ਮੁੰਡੇ ਨੇ ਐਦਾਂ ਮਜ਼ਬੂਤ ਸ਼ਰੀਰ ਦੇ ਨੇ ਜਿਸ ਤਰ੍ਹਾਂ ਟਾਲੀ ਦੇ ਪਾਵੇ ਹੁੰਦੇ ਨੇ ਕੰਨੀਦਾਰ ਫਿਰ ਪਹਿਰਾਵੇ ਦੀ ਗੱਲ ਕੀਤੀ ਗਈ ਐ ਵੀ ਮਲਮਲ ਦੇ ਕੁੜਤੇ ਨੇ ਕੰਨੀਦਾਰ ਚਾਦਰੇ ਨੇ ਦੁਦੀਆ ਕਾਸ਼ ਨੀ ਸਾਫੇ ਨੇ ਚਾਦਰੇ ਪਿੰਜਨੀਆਂ ਨਾਲ ਸੋਹਣੇ ਲੱਗਦੇ ਨੇ ਹਨਾ ਪੈਰਾਂ 'ਤੇ ਉੱਪਰ ਜਿਹੜੇ ਆ ਪਿੰਜਨੀਆਂ ਹੁੰਦੀਆਂ ਨੇ ਆਪਣੀਆਂ ਤਾਂ ਜਿਹੜੇ ਕੁੜਤੇ ਪਾਉਂਦੇ ਨੇ ਉਹ ਐਦਾਂ ਲੱਗਦਾ ਜਿਵੇਂ ਬਗਲਾ ਤਲਾ ਦੇ ਵਿੱਚ ਨਾ ਰਿਆ ਹੁੰਦਾ ਸਾਫ ਹੀ ਉਹਨਾਂ ਦੇ ਐਦਾਂ ਲੱਗਦੇ ਨੇ ਬੰਨੇ ਹੋਏ ਜਿਵੇਂ ਉੜਦਾ ਕਬੂਤਰ ਜਾਂਦਾ ਏ ਮਤਲਬ ਬਹੁਤ ਸੁੰਦਰ ਨੇ ਸੋਹਣਾ ਸੋਹਣਾ ਭੰਗੜਾ ਪਾਉਂਦੇ ਨੇ ਹਨਾ ਫਿਰ ਜਿਵੇਂ ਸਾਡੇ ਪਿੰਡ ਦੇ ਮੁੰਡੇ ਵੇਖ ਲੋ ਲੋਕ ਗੀਤ ਦਾ ਰੂਪ ਕੀ ਹੈ ਬੱਚਿਓ ਇਹ ਛੋਟੀ ਬੋਲੀ ਹੈ ਕਿ ਲੰਮੀ ਬੋਲੀ ਹੈ ਇਹ ਇਹ ਇੱਕ ਲੰਮੀ ਬੋਲੀ ਹੈ ਟਾਲੀ ਦੇ ਪਾਵਿਆਂ ਵਰਗੇ ਕੌਣ ਹਨ ਠੀਕ ਹੈ ਸਾਡੇ ਪਿੰਡ ਦੇ ਗੱਭਰੂ ਟਾਲੀ ਦੇ ਪਾਵਿਆਂ ਵਰਗੇ ਹਨ ਸਾਡੇ ਪਿੰਡ ਦੇ ਮੁੰਡੇ ਇਹੋ ਜਿਹੇ ਚਾਦਰੇ ਬੰਦੇ ਹਨ ਕੰਨੀਦਾਰ ਚਾਦਰੇ ਮੁੰਡਿਆਂ ਦੇ ਕੁਰਤੇ ਕਿਸ ਕੱਪੜੇ ਦੇ ਬਣੇ ਹੋਏ ਹਨ ਮਲਮਲ ਦੇ ਕਿਸ ਕੱਪੜੇ ਦੇ ਮਲਮਲ ਦੇ ਪਿੰਡ ਦੇ ਮੁੰਡੇ ਕਿਹੜਾ ਨਾਚ ਨੱਚਦੇ ਹਨ ਭੰਗੜਾ ਠੀਕ ਹੈ ਪਿੰਡ ਤਾਂ ਸਾਡੇ ਡੇਰਾ ਸਾਧ ਦਾ ਮੈਂ ਸੀ ਗੁਰਮੁਖੀ ਪੜਦਾ ਬੈੰਦਾ ਸਤਸੰਗ ਚ ਮਾੜੇ ਬੰਦੇ ਕੋਲ ਨਹੀਂ ਖੜਦਾ ਜਿਹੜਾ ਫੁੱਲ ਵਿਛੜ ਗਿਆ ਮੋੜਨੀ ਬੇਲ ਤੇ ਚੜਦਾ ਬੋਲੀਆਂ ਪਾਉਣ ਦੀ ਹੋਗੀ ਮਨਸ਼ਾ ਆ ਕੇ ਗਿੱਦੇ ਵਿੱਚ ਵੜਦਾ ਨਾਲ ਸ਼ੌਂਕ ਦੇ ਪਾਵਾਂ ਬੋਲੀ ਮੈਂ ਨਹੀਂ ਕਿਸੇ ਤੋਂ ਡਰਦਾ ਨੋਂ ਪਰਮੇਸ਼ਰ ਦਾ ਲੈ ਕੇ ਗਿੱਦੇ ਵਿੱਚ ਵੜਦਾ ਨੋਂ ਪਰਮੇਸ਼ਰ ਦਾ ਸੋ ਇਹਦਾ ਜੋ ਸਲੇਖ ਸੀ ਬੱਚੋ ਪਿੰਡ ਤਾਂ ਸਾਡੇ ਹੈਨਾ ਪਿੰਡ ਤਾਂ ਸਾਡੇ ਕੀ ਹੈ ਇੱਕ ਸਾਦ ਦਾ ਡੇਰਾ ਠੀਕ ਹੈ ਪਿੰਡ ਤਾਂ ਸਾਡੇ ਡੇਰਾ ਸਾਦ ਦਾ ਵੀ ਸਾਡੇ ਪਿੰਡ ਇੱਕ ਸਾਦ ਦਾ ਡੇਰਾ ਮੈਂ ਸੀ ਗੁਰਮੁਖੀ ਪੜਦਾ ਉੱਥੇ ਮੈਂ ਕੀ ਕਰਦਾ ਸੀ ਗੁਰਮੁਖੀ ਪੜਦਾ ਸੀ ਮਤਲਬ ਇਸ ਬੋਲੀ ਵਿੱਚ ਇੱਕ ਗੱਭਰੂ ਮੁੰਡਾ ਆਪਣੇ ਮਨ ਵਿੱਚ ਅਧਿਆਤਮਕ ਰਾਹ ਛੱਡ ਕੇ ਗਿੱਧਾ ਪਾਉਣ ਦੀ ਰੁਚੀ ਤੇ ਪੈਦਾ ਹੋਣ ਦਾ ਜ਼ਿਕਰ ਕਰਦਾ ਹੈ ਠੀਕ ਹੈ ਨੀ ਵੀ ਉੱਥੇ ਮੈਂ ਗੁਰਮੁਖੀ ਲਿਪੀ ਦੇ ਵਿੱਚ ਪੜਦਾ ਸੀ ਬੈਹਦਾ ਸਤ ਸੰਗ 'ਚ ਸਤ ਸੰਗ ਕੀ ਹੁੰਦਾ ਬੱਚਿਓ ਚੰਗੇ ਬੰਦਿਆਂ ਦਾ ਸੰਗ ਕਰਨਾ ਠੀਕ ਹੈ ਨਾ ਮਾੜੇ ਬੰਦੇ ਕੋਲ ਨਹੀਂ ਖੜਦਾ ਵੀ ਮੈਂ ਮਾੜੇ ਬੰਦੇ ਦੇ ਕੋਲ ਨਹੀਂ ਖੜਦਾ ਜਿਹੜਾ ਫੁੱਲ ਵਿਛੜ ਗਿਆ ਤਾਂ ਉਹ ਕਹਿੰਦੀ ਨਹੀਂ ਵੀ ਜਿਹੜਾ ਫੁੱਲ ਇੱਕ ਵਾਰੀ ਵੇਲ ਨਾਲ ਟੁੱਟ ਜਾਂਦਾ ਹੈ ਉਹ ਮੁੜ ਕੇ ਉਸ ਵੇਲ ਦੇ ਉੱਪਰ ਨਹੀਂ ਚੜਦਾ ਆਪਾਂ ਵੀ ਦੇਖਦੇ ਹਾਂ ਜੋ ਫੁੱਲ ਟੁੱਟ ਗਿਆ ਉਹ ਦੁਬਾਰਾ ਦਰਖਤ ਤੇ ਦਿੱਤਾ ਨਹੀਂ ਲੱਗਦਾ ਬਿਲਕੁਲ ਹੀ ਨਹੀਂ ਲੱਗਦਾ ਬੋਲੀਆਂ ਪਾਉਣ ਦੀ ਹੋਗੀ ਮਨਸ਼ਾ ਮਨਸ਼ਾ ਕੀ ਹੁੰਦੀ ਹੈ ਇੱਛਾ ਵੀ ਮੇਰੀ ਬੋਲੀਆਂ ਪਾਉਣ ਦੀ ਇੱਛਾ ਹੋਗੀ ਆ ਕੇ ਗਿੱਧੇ ਵਿੱਚ ਵੜਦਾ ਠੀਕ ਹੈ ਨਾ ਮੈਂ ਗਿੱਧੇ ਦੇ ਵਿੱਚ ਆ ਕੇ ਉਦੋਂ ਹੀ ਵੜ ਜਾਂਦਾ ਹਾਂ ਸ਼ਨਾਲ ਸ਼ੌਂਕ ਦੇ ਪਾਵਾ ਬੋਲੀ ਵੀ ਇੰਨੇ ਸ਼ੌਂਕ ਦੇ ਨਾਲ ਮੈਂ ਬੋਲੀ ਪਉਣਾ ਮੈਂ ਨਹੀਂ ਕਿਸੇ ਤੋਂ ਡਰਦਾ ਵੀ ਮੈਂ ਕਿਸੇ ਤੋਂ ਨਹੀਂ ਡਰਦਾ ਹੈਗਾ ਨੋ ਪਰਮੇਸ਼ਰ ਦਾ ਲੈ ਕੇ ਗਿੱਧੇ ਵਿੱਚ ਵੜਦਾ ਠੀਕ ਹੈ ਵੀ ਮੈਂ ਉਸ ਸੱਚੇ ਪਾਸ਼ਾ ਪਰਮੇਸ਼ਰ ਦਾ ਨਾਮ ਲੈ ਕੇ ਗਿੱਧੇ ਦੇ ਵਿੱਚ ਵੜਦਾ ਹਾਂ ਸੋ ਪਿੰਡ ਤਾਂ ਸਾਡੇ ਇਸ ਬੋਲੀ ਦੇ ਵਿੱਚ ਕਿਹੜੇ-ਕਿਹੜੇ ਪ੍ਰਸ਼ਨ ਆ ਸਕਦੇ ਨੇ ਬੱਚੋ ਪਿੰਡ ਦਾ ਸਾਡੇ ਲੰਮੀ ਬੋਲੀ ਵਿੱਚ ਗੱਭਰੂ ਕਿਸ ਦਾ ਨਾਂ ਲੈ ਕੇ ਗਿੱਧੇ ਵਿੱਚ ਵੜਦਾ ਹੈ ਪਰਮੇਸ਼ਵਰ ਦਾ ਪਿੰਡ ਵਿੱਚ ਕਿਸ ਦਾ ਡੇਰਾ ਸੀ ਸਾਦ ਦਾ ਕਿਸ ਦਾ ਡੇਰਾ ਹੈ ਬੱਚੋ ਸਾਦ ਦਾ ਸਾਤ ਦੇ ਡੇਰੇ ਵਿੱਚ ਗੱਭਰੂ ਕੀ ਪੜਦਾ ਹੈ ਗੁਰਮੁਖੀ ਕੀ ਪੜਦਾ ਸੀ ਗੁਰਮੁਖੀ ਬੋਲੀਆਂ ਪਾਉਣ ਦੀ ਮਨਸ਼ਾ ਹੋਣ ਤੇ ਗੱਭਰੂ ਕਿੱਥੇ ਜਾਂਦਾ ਹੈ ਗਿੱਧੇ ਦੇ ਵਿੱਚ ਜਾਂਦਾ ਹੈ ਗੱਭਰੂ ਗਿੱਧੇ ਵਿੱਚ ਬੋਲੀਆਂ ਕਿਸ ਤਰ੍ਹਾਂ ਪਾਉਂਦਾ ਸੀ ਬੜੇ ਹੀ ਸ਼ੌਂਕ ਦੇ ਨਾਲ ਠੀਕ ਹੈ ਨਾ ਤੇ ਬੜਾ ਹੀ ਨੀਡਰ ਹੋ ਕੇ ਬੋਲੀਆਂ ਪਾਉਂਦਾ ਹੈ ਠੀਕ ਹੈ ਉਸ ਤੋਂ ਬਾਅਦ ਆ ਗਿਆ ਬੱਚੋ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਹਿਲੀ ਵੀ ਪਿੰਡ ਤੇ ਸੀਗੇ ਬੱਚੋ ਫਿਰ ਦੂਸਰੀ ਵੀ ਸਾਡੇ ਪਿੰਡ ਤੇ ਆ ਤੀਸਰੀ ਜੋ ਲੰਮੀ ਬੋਲੀ ਉਹ ਵੀ ਪਿੰਡ ਤੇ ਆ ਠੀਕ ਹੈ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਲੱਲੀਆਂ ਉਥੋਂ ਦੇ ਦੋ ਬਲਦ ਸੁਣੀ ਦੇ ਗਾੜ ਵਿੱਚ ਉਹਨਾਂ ਦੇ ਟੱਲੀਆਂ ਭੱਜ ਭੱਜ ਕੇ ਉਹ ਮੱਕੀ ਬੀਜਦੇ ਗਿੱਠ ਗਿੱਠ ਲੱਗੀਆਂ ਛੱਲੀਆਂ ਮੇਲਾ ਮੁਕਸਰ ਦਾ ਦੋ ਮੁਟਿਆਰਾਂ ਚੱਲੀਆਂ ਮੇਲਾ ਮੁਕਸਰ ਦਾ ਦੋ ਮੁਟਿਆਰਾਂ ਚੱਲੀਆਂ ਇਸ ਬੋਲੀ ਵਿੱਚ ਲੱਲੀਆਂ ਪਿੰਡ ਦੇ ਮੇਲੇ ਤੇ ਮੁਕਸਰ ਦੇ ਮੇਲੇ ਦਾ ਜ਼ਿਕਰ ਹੈ ਲੱਲੀਆਂ ਪਿੰਡਾਂ ਵਿੱਚੋਂ ਸਭ ਤੋਂ ਵਿਸ਼ੇਸ਼ ਪਿੰਡ ਸੁਣਿਆ ਜਾਂਦਾ ਹੈ ਉੱਥੋਂ ਦੇ ਦੋ ਬਲਦ ਉੱਥੋਂ ਦੇ ਦੋ ਬਲਦ ਸੁਣੇ ਜਾਂਦੇ ਹਨ ਠੀਕ ਹੈ ਨਾ ਗੜ ਉਹਨਾਂ ਦੇ ਟੱਲੀਆਂ ਉਹਨਾਂ ਦੇ ਗਾਲੇ ਵਿੱਚ ਕੀ ਹਨ ਟੱਲੀਆਂ ਹਨ ਭੱਜ ਭੱਜ ਕੇ ਉਹ ਮੱਕੀ ਬੀਜਦੇ ਮਤਰੋਹ ਭੱਜ ਭੱਜ ਕੇ ਕੀ ਕਰਦੇ ਨੇ ਸੇਤਮੰਦ ਬਲਦ ਨੇ ਮੱਕੀ ਬੀਜਦੇ ਨੇ ਠੀਕ ਹੈ ਨਾ ਬਹੁਤ ਸੇਤਮੰਦ ਬਲਦ ਨੇ ਕਿੱਠ ਕਿੱਠ ਲੱਗੀਆਂ ਛੱਲੀਆਂ ਵੀ ਉਹਨਾਂ ਦੀ ਮਿਹਨਤ ਕਰਕੇ ਗਿੱਠ ਗਿੱਠ ਛੱਲੀਆਂ ਲੱਗੀਆਂ ਬੱਚੋ ਜਿਸ ਤਰ੍ਹਾਂ ਘਰ ਦੇ ਮੈਂਬਰਾਂ ਦੀ ਪਹਿਲਾਂ ਇੱਜ਼ਤ ਹੁੰਦੀ ਸੀ ਨਾ ਇਸ ਤਰ੍ਹਾਂ ਬਲਦਾਂ ਦੀ ਵੀ ਇੱਜ਼ਤ ਹੁੰਦੀ ਸੀ ਲੋਕਾਂ ਦੇ ਖਾਨਦਾਨ ਇਸ ਗੱਲੋਂ ਜਾਣੇ ਜਾਂਦੇ ਸਨ ਕਿ ਉਹਨਾਂ ਦੇ ਘਰ ਦੇ ਵਿੱਚ ਕਿੰਨੇ ਪੁੱਤਰ ਹਨ ਠੀਕ ਹੈ ਨਾ ਉਹਨਾਂ ਦਾ ਪਰਿਵਾਰ ਕਿੰਨਾ ਵੱਡਾ ਹੈ ਤੇ ਕਿੰਨੇ ਬਲਦ ਹਨ ਠੀਕ ਹੈ ਨਾ ਸੋ ਬਲਦਾਂ ਦੀ ਬਹੁਤ ਇੱਜ਼ਤ ਹੁੰਦੀ ਸੀ ਬੱਚਿਓ ਕਿਉਂਕਿ ਖੇਤੀ ਬਲਦਾਂ ਦੇ ਸਿਰ ਤੇ ਹੀ ਹੁੰਦੀ ਸੀ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਉਹ ਕਿੱਠ ਕਿੱਠੇ ਲੱਗੀਆਂ ਛੱਲੀਆਂ ਮੇਲਾ ਮੁਕਸਰ ਦਾ ਦੋ ਮਟਿਆਰਾਂ ਚੱਲੀਆਂ ਮੁਕਸਰ ਦਾ ਮੇਲਾ ਬੱਚੋਂ ਬਹੁਤ ਮਸ਼ਹੂਰ ਹੈ ਲੋਕ ਦੂਰੋਂ ਦੂਰੋਂ ਮੇਲਾ ਵੇਖਣ ਆਉਂਦੇ ਨੇ ਇਸ ਤਰ੍ਹਾਂ ਦੋ ਮਟਿਆਰਾਂ ਕੀ ਕਰਨ ਜਾ ਰਹੀਆਂ ਨੇ ਉਹ ਮੇਲਾ ਵੇਖਣ ਜਾ ਰਹੀਆਂ ਨੇ ਮੁਕਤਸਰ ਸਾਹਿਬ ਦਾ ਠੀਕ ਹੈ ਨਾ ਹੁਣ ਲੱਲੀਆਂ ਪਿੰਡ ਦੀ ਕਿਹੜੀ ਚੀਜ਼ ਮਸ਼ਹੂਰ ਹੈ ਬਲਦ ਪਿੰਡ ਦੇ ਬਲਦਾਂ ਦੇ ਗਲ ਵਿੱਚ ਕੀ ਪਾਇਆ ਹੋਇਆ ਹੈ ਤੱਲੀਆਂ ਪਾਈਆਂ ਹੁਣ ਕੀ ਪਾਇਆ ਹੋਇਆ ਹੈ ਤੱਲੀਆਂ ਪਾਈਆਂ ਹੋਈਆਂ ਹਨ ਪਿੰਡੇ ਦੇ ਬੜਦ ਭੱਜ-ਭੱਜ ਕੇ ਕੀ ਬੀਜ ਦੇ ਸਨ ਕੀ ਬੀਜ ਦੇ ਸਨ ਬੱਚਿਓ ਮੱਕੀ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਬੋਲੀ ਵਿੱਚ ਕਿਹੜੇ ਮੇਲੇ ਦੀ ਗੱਲ ਕੀਤੀ ਗਈ ਹੈ ਮੁਕਤ ਸਰਦੇ ਕਿਹੜੇ ਮੇਲੇ ਦੀ ਮੁਕਤ ਸਰਦੇ ਮੁਕਸਰ ਦੇ ਮੇਲੇ ਕੌਣ ਚੱਲੀਆਂ ਸਨ ਦੋ ਮੁਟਿਆਰਾਂ ਕੌਣ ਚੱਲੀਆਂ ਸਨ ਬੱਚਿਓ ਦੋ ਮੁਟਿਆਰਾਂ ਫਿਰ ਉਸ ਤੋਂ ਬਾਅਦ ਜੋ ਬੋਲੀ ਹੈ ਕਿਹੜੀ ਆ ਉਹ ਕਾਲਿਆ ਹਰਨਾ ਕਾਲਿਆ ਹਰਨਾ ਰੁਹੀਆਂ ਫਿਰਨਾ ਤੇਰੇ ਪੈਰੀ ਝਾਂਜਰਾਂ ਪਾਈਆਂ ਸਿੰਗਾ ਤੇਰਿਆਂ ਤੇ ਕੀ ਕੁਛ ਲਿਖਿਆ ਤਿੱਤਰ ਤੇ ਮੁਰਗਾਈਆਂ ਚੱਬਣ ਨੂੰ ਤੇਰੇ ਮੋਠ ਬਾਜਰਾ ਪੈਣਨ ਨੂੰ ਮੁਗਲਾਈਆਂ ਅੱਗੇ ਤਾਂ ਟੱਪਦਾ ਨੌ ਨੌ ਕੋਠੇ ਹੁਣ ਨਹੀਂ ਟੱਪਦੀਆਂ ਖਾਈਆਂ ਖਾਈ ਟੱਪਦੀ ਦੇ ਵਜਿਆ ਕੰਡਾ ਦੇਵੇ ਰਾਮ ਦੁਹਾਈਆਂ ਮਾਸ ਮਾਸ ਤੇਰਾ ਕੁੱਤਿਆਂ ਖਾਦਾ ਹੱਡੀਆਂ ਰੇਤ ਰਲਾਈਆਂ ਜਿਉਣੇ ਮੋੜ ਦੀਆਂ ਸੱਤ ਰੰਗੀਆਂ ਪਰਜਾਈਆਂ ਜਿਉਣੇ ਮੋੜ ਦੀਆਂ ਸੱਤ ਰੰਗੀਆਂ ਪਰਜਾਈਆਂ ਇਸ ਵਿੱਚ ਕਾਲੇ ਹਿਰਨ ਦੇ ਚਿੰਨ ਨਾਲ ਜਿਉਣੇ ਮੋੜ ਦੀ ਸੂਰਮ ਗਤੀ ਮੌਤ ਤੇ ਲੋਕ ਪ੍ਰੀਤਾ ਨੂੰ ਗਾਇਆ ਜਾਣ ਵਾਲਾ ਇਹ ਲੋਕ ਗੀਤ ਹੈ ਕਾਲਿਆ ਹਿਰਨਾ ਰੋਈਏ ਫਿਰਨਾ ਰੋਹੀ ਕੀ ਹੁੰਦੇ ਨੇ ਬੱਚਿਓ ਰੋਹੀ ਬੀਆਬਾਨ ਜਿੱਥੇ ਜੰਗਲ ਹੁੰਦਾ ਪੂਰਾ ਪੀ ਕਾਲਿਆ ਹਿਰਨਾ ਤੇਰੇ ਭਾਗਾਂ ਦੇ ਵਿੱਚ ਜੰਗਲਾਂ ਬੀਆਬਾਨਾਂ ਵਿੱਚ ਘੁੰਮਣਾ ਲਿਖਿਆ ਹੈ ਤੇਰੇ ਪੈਰੀ ਝਾਂਜਰਾਂ ਪਾਈਆਂ ਤੇਰੇ ਪੈਰਾਂ ਦੇ ਵਿੱਚ ਕੀ ਪਾਈਆਂ ਨੇ ਝਾਂਜਰਾਂ ਪਾਈਆਂ ਨੇ ਠੀਕ ਹੈ ਨਾ ਸਿੰਗਾ ਤੇਰਿਆਂ ਤੇ ਕੀ ਕੁਝ ਲਿਖਿਆ ਵੀ ਤੇਰੇ ਸਿੰਗਾ ਉੱਪਰ ਕੀ ਕੁਝ ਲਿਖਿਆ ਗਿਆ ਤਿੱਤਰ ਤੇ ਮੁਰਗਾਈਆਂ ਤਿੱਤਰ ਤੇ ਮੁਰਗਾਈਆਂ ਤੇਰੇ ਚਿੱਤਰ ਉਲਿੱਕੇ ਹੋਏ ਨੇ ਹਨ ਜਿਹੜੇ ਹਿਰਨ ਹੁੰਦੇ ਨੇ ਬੱਚੇ ਉਹਨਾਂ ਦੇ ਸਿੰਗ ਬਹੁਤ ਸੁੰਦਰ ਹੁੰਦੇ ਨੇ ਨਾ ਇਸ ਲਈ ਮਤਲਬ ਸੋਹਣੇ ਸੋਹਣੇ ਜਿਹੜੇ ਤੇਰੇ ਸਿੰਗ ਨੇ ਉਹਨਾਂ ਦੇ ਉੱਪਰ ਤਿੱਤਰ ਤੇ ਮੁਰਗਾਪੀਆਂ ਦੇ ਚਿੱਤਰ ਉਲਿੱਕੇ ਹੋਏ ਹਨ ਚੱਬਣ ਨੂੰ ਤੇਰੇ ਮੋਠ ਬਾਜਰਾ ਪੈਣ ਨੂੰ ਮੁਗਲਾਈਆਂ ਮੁਗਲਾਈਆਂ ਕੀ ਹੁੰਦੇ ਨੇ ਖੁੱਲੇ ਕੁੜਤੇ ਹਨਾ ਵੀ ਤੇਰੇ ਚੱਬਣ ਨੂੰ ਕੀ ਨੇ ਮੋਠ ਬਾਜਰਾ ਠੀਕ ਹੈ ਪੈਣ ਨੂੰ ਖੁੱਲੇ ਕੁੜਤੇ ਹਨ ਤੇ ਅੱਗੇ ਤਾਂ ਟੱਪਦਾ ਨੌ ਨੌ ਕੋਠੇ ਵੀ ਪਹਿਲਾਂ ਤੂੰ ਇੰਨਾ ਬਹਾਦਰ ਸੀ ਕਿਉਂਕਿ ਇਹਨਾਂ ਦੀ ਚਾਲ ਬਹੁਤ ਤੇਜ਼ ਹੁੰਦੀ ਹੈ ਵੀ ਨੌ ਨੌ ਕੋਠੇ ਇਕੱਠਾ ਟੱਪ ਜਾਂਦਾ ਸੀ ਹੁਣ ਇਹ ਟੱਪਦੀਆਂ ਖਾਈਆਂ ਠੀਕ ਹੈ ਨਾ ਵੀ ਹੁਣ ਤੇਤੋ ਖਾਈ ਵੀ ਨਹੀਂ ਛੋਟੀ ਜੀ ਖਾਈ ਨਹੀਂ ਟੱਪੀ ਜਾਂਦੀ ਫਿਰ ਉਸ ਤੋਂ ਬਾਅਦ ਖਾਈ ਟੱਪਦੀ ਦੇ ਵਜਿਆ ਕੰਡਾ ਦੇਵੀ ਰਾਮ ਦੁਹਾਈਆਂ ਵੀ ਤੂੰ ਛੋਟੀ ਜੀ ਖਾਈ ਟੱਪਦਾ ਸੀ ਠੀਕ ਹੈ ਤਾਂ ਤੇਰੇ ਕੀ ਕੰਡਾ ਵਜਿਆ ਦੁਹਾਈ ਦੇ ਕੇ ਰੱਬ ਨੂੰ ਸਹਾਇਤਾ ਲਈ ਤੂੰ ਪੁਕਾਰਨ ਲੱਗਿਆ मास मास ਤੇਰਾ ਕੁੱਤਿਆਂ ਖਾਦਾ ਹੱਡੀਆਂ ਰੇਤ ਰਲਾਈਆਂ ਠੀਕ ਹੈ ਵੀ ਤੇਰਾ ਕੱਲਾ ਕੱਲਾ ਮਾਸ ਕਿੰਨਿਆਂ ਨੇ ਖਾ ਲਿਆ ਕੁੱਤਿਆਂ ਨੇ ਵੀ ਹੱਡੀਆਂ ਕਾਦੇ ਵਿੱਚ ਰਲਾਤੀਆਂ ਠੀਕ ਹੈ ਰੇਤ ਦੇ ਵਿੱਚ ਰਲਾਤੀਆਂ ਉਸ ਤੋਂ ਬਾਅਦ ਜੂਨੇ ਮੋੜ ਦੀਆਂ ਸੱਤ ਰੰਗੀਆਂ ਪਰਜਾਈਆਂ ਵੀ ਜੂਣਾ ਮੋੜ ਸੁਰਮਾ ਹੋਇਆ ਆਪਣੀ ਬਹੁਤ ਲੋਕ ਨਾਇਕ ਬਹਾਦਰ ਲੋਕ ਨਾਇਕ ਸੀ ਇਹ ਠੀਕ ਹੈ ਨਾ ਪਰ ਉਹ ਇੰਨਾ ਹਰਮਨ ਪਿਆਰਾ ਸੀ ਕਿ ਇਸਤਰੀਆਂ ਉਸ ਨੂੰ ਪਰਜਾਈਆਂ ਵਾਲਾ ਪਿਆਰ ਕਰਦੀਆਂ ਸਨ ਠੀਕ ਹੈ ਨਾ ਕਿਉਂਕਿ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਹ ਗਰੀਬਾਂ ਦੀ ਮਦਦ ਕਰਦਾ ਸੀ ਜਿਉਣਾ ਮੋੜ ਹੁਣ ਆਪਾਂ ਇਹਦੇ ਪ੍ਰਸ਼ਨ ਉੱਤਰ ਕਰਦੇ ਹਾਂ ਬੱਚਿਓ ਕਾਲਾ ਹਿਰਨ ਕਿੱਥੇ ਫਿਰਦਾ ਹੈ ਰੁਈਆਂ ਦੇ ਵਿੱਚ ਕਾਲੇ ਹਿਰਨ ਦੇ ਪੈਰਾਂ ਵਿੱਚ ਕੀ ਪਾਇਆ ਹੈ ਚਾਂਜਰਾ ਤਿੱਤਰ ਤੇ ਮੁਰਗਾਈਆਂ ਕਿਸ ਤੇ ਸਿੰਘਾਂ ਤੇ ਉਲਿੱਕੇ ਹੋਏ ਹਨ ਕਾਲੇ ਹਿਰਨ ਦੇ ਕਾਲਾ ਹਿਰਨ ਕੀ ਚਰਦਾ ਹੈ ਮੋਠ ਤੇ ਬਾਜਰਾ ਕਾਲਾ ਹਿਰਨ ਪਹਿਲਾਂ ਕੀ ਟੱਪ ਜਾਂਦਾ ਸੀ ਨੌ ਨੌ ਕੋਠੇ ਖਾਈ ਟੱਪ ਦੇ ਦੇ ਕੀ ਵਜਾ ਸੀ ਹਿਰਨ ਦੇ ਕੰਡਾ ਕਾਲੇ ਹਿਰਨ ਦਾ ਮਾਸ ਕਿੰਨਾ ਨੇ ਖਾਦਾ ਸੀ ਕੁੱਤਿਆਂ ਨੇ ਕਾਲੇ ਹਿਰਨ ਦੀਆਂ ਹੱਡੀਆਂ ਕਾਦੇ ਵਿੱਚ ਰਲਾ ਦਿੱਤੀਆਂ ਸਨ ਰੇਤ ਵਿੱਚ ਕਾਲਿਆਂ ਹਰਨਾ ਬੋਲੀ ਵਿੱਚ ਕਿਹੜੇ ਲੋਕ ਨਾਇਕਤਾ ਜ਼ਿਕਰ ਆਇਆ ਹੈ ਜੂਨੇ ਮੋੜ ਦਾ ਜੂਨੇ ਮੋੜ ਦੀਆਂ ਪਰਜਾਈਆਂ ਜੋ ਸਨ ਕਿਹੋ ਜੀਆਂ ਸਨ ਸੱਤ ਰੰਗੀਆਂ ਠੀਕ ਹੈ ਨਾ ਉਸ ਤੋਂ ਬਾਅਦ ਆ ਗਈ ਬੱਚਿਓ ਜੋ ਬੋਲੀ ਹੈ ਲੰਮੀ ਬੋਲੀ ਸੋਨਨੀ ਕੁੜੀਏ ਸੋਨਨੀ ਚੀੜੀਏ ਤੇਰਾ ਪੁੰਨਿਆ ਤੋਂ ਰੂਪ ਸਵਾਇਆ ਵਿੱਚ ਸਖੀਆਂ ਦੇ ਪਹਿਲਾਂ ਪਾਵੇਂ ਤੈਨੂੰ ਨੱਚਣਾ ਕਿਨੇ ਸਿਖਾਇਆ ਤੂੰ ਹੱਸਦੀ ਦਿਲ ਰਾਜੀ ਸਬਦਾ ਜੂ ਬਿਰਛਾ ਦੀ ਛਾਇਆ ਨੱਚ-ਨੱਚ ਕੇ ਤੂੰ ਹੋ ਗਈ ਦੂਰੀ ਭਾਗ ਗਿੱਦੇ ਨੂੰ ਲਾਇਆ ਪਰ ਇਹ ਰੂਪ ਦੀਏ ਤੈਨੂੰ ਰੱਬ ਨੇ ਆਪ ਬਣਾਇਆ ਪਰ ਇਹ ਰੂਪ ਦੀਏ ਤੈਨੂੰ ਰੱਬ ਨੇ ਆਪ ਬਣਾਇਆ ਬਹੁਤ ਸੋਹਣੀ ਬੋਲੀ ਆ ਬੱਚੋ ਇਸ ਵਿੱਚ ਗਿੱਧੇ ਵਿੱਚ ਨੱਚਦੀ ਕੁੜੀ ਦੇ ਰੂਪ ਦੀ ਪ੍ਰਸ਼ੰਸਾ ਕੀਤੀ ਗਈ ਹੈ ਠੀਕ ਹੈ ਨਾ ਵੀ ਜੋ ਗਿੱਧੇ ਵਿੱਚ ਕੁੜੀ ਨੱਚਦੀ ਹੈ ਉਸ ਨੂੰ ਕਿਹਾ ਗਿਆ ਸੁੰਨੀ ਕੁੜੀਏ ਸੁੰਨੀ ਚਿੜੀਏ ਵੀ ਚਿੜੀਆਂ ਵਰਗੀ ਕੁੜੀਏ ਤੇਰਾ ਪੁੰਨਿਆ ਤੂ ਰੂਪ ਸਵਾਇਆ ਵੀ ਪੁੰਨਿਆ ਦਾ ਜਿੱਦਾਂ ਚੰਦ ਹੁੰਦਾ ਨਾ ਚਮਕਦਾਰ ਬਹੁਤ ਸੋਹਣਾ ਵੀ ਉਸ ਤਰ੍ਹਾਂ ਦਾ ਤੇਰਾ ਕੀ ਆ ਇੱਕ ਰੂਪ ਹੈ ਉਸ ਤਰ੍ਹਾਂ ਚਮਕ ਰਿਹਾ ਵਿੱਚ ਸਖੀਆਂ ਦੇ ਪਹਿਲਾਂ ਪਾਵੇਂ ਤੂੰ ਮੋਰਾਂ ਦੀ ਤਰ੍ਹਾਂ ਸਖੀਆਂ ਦੇ ਵਿੱਚ ਪਹਿਲਾਂ ਪਾਉਣੀ ਆ ਮਤਲਬ ਜੋ ਪਹਿਲਾਂ ਪਾਉਂਦਾ ਮੋਰ ਆ ਸੋਹਣਾ ਲੱਗਦਾ ਨਾ ਉਹ ਇਸ ਤਰ੍ਹਾਂ ਉਹ ਸੋਹਣੀ ਲੱਗਦੀ ਆ ਤੈਨੂੰ ਨੱਚਣਾ ਕਿਹਨੇ ਸਿਖਾਇਆ ਵੀ ਤੈਨੂੰ ਕਿਹਨੇ ਸਿਖਾਇਆ ਇੰਨਾ ਸੋਹਣਾ ਨੱਚਣਾ ਤੂੰ ਹੱਸਦੀ ਦਿਲ ਰਾਜ਼ੀ ਸਭ ਦਾ ਵੀ ਜਦੋਂ ਤੂੰ ਹੱਸਦੀ ਆ ਤਾਂ ਸਾਰਿਆਂ ਦਾ ਦਿਲ ਰਾਜ਼ੀ ਹੁੰਦਾ ਏ ਜਿਵੇਂ ਬਿਰਛਾਂ ਦੀ ਛਾਇਆ ਜਿਵੇਂ ਬਿਰਛਾਂ ਦੀ ਠੰਡੀ ਠੰਡੀ ਛਾਂ ਏ ਸਾਰੇ ਖੁਸ਼ ਹੋ ਜਾਂਦੇ ਨੇ ਅੰਦਰੋਂ ਨੱਚ-ਨੱਚ ਕੇ ਤੂੰ ਹੋ ਗਈ ਦੂਰੀ ਵੀ ਨੱਚ-ਨੱਚ ਕੇ ਤੂੰ ਦੂਰੀ ਹੋ ਗਈ ਇੰਨਾ ਸੋਹਣਾ ਨੱਚ ਰਹੀ ਆ ਪਾਗ ਗਿੱਦੇ ਨੂੰ ਲਾਇਆ ਵੀ ਤੂੰ ਪੂਰੇ ਦੇ ਪੂਰੇ ਗਿੱਦੇ ਨੂੰ ਕੀ ਲਾਤਾ ਪਾਗ ਲਾਤਾ ਪਰ ਇਹ ਰੂਪ ਦੀ ਏ ਤੈਨੂੰ ਰੱਬ ਨੇ ਆਪ ਬਣਾਇਆ ਵੀ ਇਹ ਪਰਿਏ ਰੂਪ ਦੀ ਏ ਵੀ ਤੈਨੂੰ ਖੁਦ ਪਰਮਾਤਮਾ ਨੇ ਬਣਾਇਆ ਇੰਨਾ ਸੋਹਣਾ ਬਣਾਇਆ ਤੇ ਕੁੜੀ ਦੀ ਉਸਤਤ ਕੀਤੀ ਗਈ ਹੈ ਬੱਚਿਓ ਠੀਕ ਹੈ ਨਾ ਵੀ ਉਹਦਾ ਰੂਪ ਪੂਰਨਮਾਸ਼ੀ ਦੀ ਤਰ੍ਹਾਂ ਹੀ ਜਿਵੇਂ ਚਾਨਣੇ ਪੱਖ ਦੀ 15ਵੀਂ ਤਿਤ ਹੁੰਦੀ ਹੈ ਇਹ ਕੁੜੀ ਦਾ ਰੂਪ ਕਿਹੋ ਜਿਹਾ ਪੁੰਨਿਆਂ ਦੀ ਤਰ੍ਹਾਂ ਠੀਕ ਹੈ ਨਾ ਤੇ ਰੂਪ ਸਵਾਇਆ ਕਿਵੇਂ ਹੁੰਦਾ ਬੱਚੋ ਖੂਬਸੂਰਤੀ ਵਧ ਗਈ ਮਤਲਬ ਕੁੜੀ ਨੱਚਦੀ ਕਿਸ ਤਰ੍ਹਾਂ ਦੀ ਸੀ ਮਤਲਬ ਲੱਗਦੀ ਸੀ ਜਿਵੇਂ ਉਹ ਪਹਿਲਾਂ ਪਾਉਂਦੀ ਹੈ ਕੁੜੀ ਦੇ ਹੱਸਣ ਨਾਲ ਕੀ ਹੁੰਦਾ ਹੈ ਸਾਰਿਆਂ ਦਾ ਦਿਲ ਖੁਸ਼ ਗਿੱਧੇ ਨੂੰ ਭਾ ਕਿਸ ਨੇ ਲਾਇਆ ਸੋਣੀ ਕੁੜੀ ਨੇ ਗੱਭਰੂ ਕੁੜੀ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ ਰੂਪ ਦੀ ਪਰੀ ਗੱਭਰੂ ਅਨਸਾਰ ਕੁੜੀ ਨੂੰ ਕਿਸ ਨੇ ਬਣਾਇਆ ਹੈ ਰੱਬ ਨੇ ਆਪ ਠੀਕ ਹੈ ਉਸ ਤੋਂ ਬਾਅਦ ਆ ਗਿਆ ਬੱਚੋ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮੈਰੀਆਂ ਅੱਖਾਂ ਮਹਿੰਦੀ ਬਾਗਾਂ ਦੇ ਵਿੱਚ ਸਸਤੀ ਮਿਲਦੀ ਹੱਟੀਆਂ ਤੇ ਮਿਲਦੀ ਮਹਿੰਗੀ ਹੀਠਾਂ ਕੁੰਡਾ ਉੱਤੇ ਸੋਟਾ ਚੋਟ ਦੋਹਾਂ ਦੀ ਸੈਂਦੀ ਕੋਟ-ਕੋਟ ਮੈਂ ਹੱਥਾਂ ਤੇ ਲਾਈ ਬੱਤੀਆਂ ਬਣ-ਬਣ ਲੈਂਦੀ ਮਹਿੰਦੀ ਸ਼ਗਨਾ ਦੀ ਬਿਨ ਤੋਤਿਆਂ ਨਹੀਂ ਲੈਂਦੀ ਮਹਿੰਦੀ ਸ਼ਗਨਾ ਦੀ ਬਿਨ ਤੋਤਿਆਂ ਨਹੀਂ ਲੈਂਦੀ ਜਾ ਬੋਲ ਸ਼ਰੀਕਾਂ ਦੇ ਮੈਨੀ ਬਾਬਲਾ ਸੰਦੀ ਬਹੁਤ ਸੋਹਣੀ ਬੋਲੀ ਹੈ ਬੱਚੋ ਇਸ ਦੇ ਵਿੱਚ ਇੱਕ ਮੁਟਿਆਰ ਮਹਿੰਦੀ ਬਾਰੇ ਆਪਣੇ ਭਾਵਾਂ ਨੂੰ ਪ੍ਰਗਟ ਕਰਦੀ ਹੈ ਮੁਟਿਆਰ ਕਹਿੰਦੀ ਹੈ ਕਿ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮੈਂ ਵੀ ਆਖਾਂ ਮਹਿੰਦੀ ਵੀ ਸਾਰੇ ਕਹਿੰਦੇ ਨੇ ਮੈਂ ਵੀ ਮਹਿੰਦੀ ਆਖਦੇ ਆਂ ਬਾਗਾਂ ਦੇ ਵਿੱਚ ਸਸਤੀ ਮਿਲਦੀ ਹੱਟੀਆਂ ਤੇ ਮਿਲਦੀ ਮਹਿੰਗੀ ਵੀ ਬਾਗਾਂ ਦੇ ਵਿੱਚ ਬਹੁਤ ਸਸਤੀ ਮਿਲਦੀ ਆ ਹੱਟੀਆਂ ਦੇ ਵਿੱਚ ਕੀ ਮਿਲਦੀ ਹੈ ਇਹ ਮਹਿੰਗੀ ਮਿਲਦੀ ਹੈ ਮਹਿੰਦੀ ਬੱਚੇ ਕਿੱਥੋਂ ਆਉਂਦੀ ਹੈ ਇੱਕ ਬੁੱਟਾ ਹੁੰਦਾ ਮਹਿੰਦੀ ਦਾ ਠੀਕ ਹੈ ਉਸ ਦੀਆਂ ਪੱਤੀਆਂ ਨੇ ਜਿਹੜੀਆਂ ਉਸ ਦੇ ਰਾਹੀਂ ਮਹਿੰਦੀ ਬਣਦੀ ਆ ਪਹਿਲਾਂ ਲੋਕ ਮੁੱਲ ਮਹਿੰਦੀ ਨਹੀਂ ਸੀ ਲੰਦੇ ਕਿਉਂਕਿ ਦੁਕਾਨਾਂ ਹੀ ਬਹੁਤ ਘੱਟ ਹੁੰਦੀਆਂ ਸਨ ਮਹਿੰਦੀ ਦੇ ਬੁੱਟੇ ਲੱਗੇ ਹੁੰਦੇ ਸਨ ਉਹਦੇ ਪੱਤਿਆਂ ਨੂੰ ਤੋੜ ਕੇ ਕੁੰਡੀ ਸੋਟੇ ਨਾਲ ਰਗੜ ਕੇ ਉਸ ਨੂੰ ਹੱਥਾਂ ਤੇ ਲਾਇਆ ਜਾਂਦਾ ਸੀ ਜਿਵੇਂ ਇਹਨਾਂ ਨੇ ਕਿਹਾ ਬਾਗਾਂ ਦੇ ਵਿੱਚ ਸਸਤੀ ਮਿਲਦੀ ਹੱਟੀਆਂ ਤੇ ਮਿਲਦੀ ਮਹਿੰਗੀ ਠੀਕ ਹੈ ਨਾ ਬਾਗਾਂ ਦੇ ਵਿੱਚ ਤਾਂ ਬੁੱਟੇ ਨੇ ਪਰ ਹੱਟੀਆਂ ਦੇ ਵਿੱਚ ਇਹ ਮਹਿੰਗੀ ਮਿਲਦੀ ਹੈ ਹੇਠਾਂ ਕੁੰਡਾ ਉੱਤੇ ਸੋਟਾ ਕੁੰਡੀ ਸੋਟਾ ਜਿਹੜੇ ਆ ਪਾ ਮਸਾਲਾ ਰਗੜਦਿਆਂ ਬੱਚਿਓ ਹਨਾ ਤੇ ਉਸ ਤੋਂ ਬਾਅਦ ਚੋਟ ਦੋਹਾਂ ਦੀ ਸੈਂਦੀ ਦੋਹਾਂ ਦੀ ਚੋਟ ਸੈਂਦੀ ਹੈ ਇਹ ਕੋਟ-ਕੋਟ ਮੈਂ ਹੱਥਾਂ ਤੇ ਵੀ ਮਹਿੰਦੀ ਦੇ ਪੱਤਿਆਂ ਨੂੰ ਪੂਰੀ ਤਰ੍ਹਾਂ ਘੋਟ ਲਿਆ ਮੈਂ ਫੇਰ ਉਹਨਾਂ ਨੂੰ ਹੱਥਾਂ ਤੇ ਲਾਇਆ ਬੈੰਨੀ ਸੋਣੀ ਘੋਟੀ ਗਈ ਉਹ ਬੱਤੀਆਂ ਬਾੜ ਬਣ ਕੇ ਲੈ ਰਹੀ ਐ ਇਹ ਨਹੀਂ ਹੈਗਾ ਵੀ ਪੱਤੇ ਹੱਥ ਤੇ ਲਾਏ ਨੇ ਉੰਜ ਹੀ ਉੱਤਰ ਜਾਣਗੇ ਬੈੰਨੀ ਘੋਲੀ ਗਈ ਘੋਟੀ ਗਈ ਵੀ ਉਹ ਬੱਤੀਆਂ ਬਾੜ ਬਣ ਕੇ ਉੱਤਰਦੀ ਐ ਮਹਿੰਦੀ ਸ਼ਗਨਾਂ ਦੀ ਪਿੰਤੋਤਿਆਂ ਨਾਲ ਲੈਂਦੀ ਵੀ ਇੰਨੀ ਸੋਹਣੀ ਉਹ ਕੋਟੀ ਗਈ ਆ ਵੀ ਪੱਤੇ ਤਾਂ ਨਾਲ ਦੀ ਨਾਲ ਲੈ ਜਾਣਗੇ ਵੀ ਉਹ ਨਹੀਂ ਰਹਿੰਦੀ ਵੀ ਤੋਤਿਆਂ ਵਗੈਰੇ ਇੰਨੀ ਸੋਹਣੀਆਂ ਅੱਗੇ ਆ ਗਿਆ ਬੋਲ ਸ਼ਰੀਕਾਂ ਦੇ ਮੈਨਾ ਬਾਬਲਾ ਸੈਂਦੀ ਵੀ ਜੋ ਸ਼ਰੀਕਾਂ ਦੇ ਬੋਲ ਨੇ ਉਹ ਮੈਂ ਬਿਲਕੁਲ ਵੀ ਨਹੀਂ ਸਹਿ ਸਕਦੀ ਠੀਕ ਹੈ ਨਾ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਮਹਿੰਦੀ ਸਸਤੀ ਕਿੱਥੇ ਮਿਲਦੀ ਹੈ ਬਾਗਾਂ ਦੇ ਵਿੱਚ ਮਹਿੰਦੀ ਮਹਿੰਗੀ ਕਿੱਥੇ ਮਿਲਦੀ ਹੈ ਹੱਟੀਆਂ ਉੱਤੇ ਮਹਿੰਦੀ ਕਿਸ ਦੀ ਚੋਟ ਸੈਂਦੀ ਹੈ ਕੁੰਡੀ ਸੋਟੇ ਦੀ ਠੀਕ ਹੈ ਕੁੰਡੀ ਸੋਟੇ ਨਾਲ ਮਹਿੰਦੀ ਨੂੰ ਕੀ ਕੀਤਾ ਜਾਂਦਾ ਹੈ ਘੋਟਿਆ ਜਾਂਦਾ ਹੈ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਬੋਲੀ ਅਨਸਾਰ ਕਿਹੜੀ ਮਹਿੰਦੀ ਬਿਨਾ ਤੋਤਿਆਂ ਨਹੀਂ ਲੈਂਦੀ ਸ਼ਗਨਾ ਦੀ ਠੀਕ ਹੈ ਨਾ ਆ ਕੁੜੀ ਕਿੰਨਾ ਦੇ ਬੋਲ ਨਹੀਂ ਸਹਾਰ ਸਕਦੀ ਸ਼ਰੀਕਾਂ ਦੇ ਉਸ ਤੋਂ ਬਾਅਦ ਆ ਗਿਆ ਬੱਚੋ ਦੇਸ਼ ਮੇਰੇ ਦੇ ਬਾਂਕੇ ਗੱਭਰੂ ਮਸਤ ਅਲੜ ਮੁਟਿਆਰਾਂ ਨੱਚਦੇ ਟੱਪਦੇ ਗਿੱਧਾ ਪਾਉਂਦੇ ਗਾਉਂਦੇ ਰਹਿੰਦੇ ਵਾਰਾਂ ਪ੍ਰੇਮ ਲੜੀ ਵਿੱਚ ਇੰਜ ਪਰੋਏ ਜੋ ਕੁੰਝਾਂ ਦੀਆਂ ਡਾਰਾਂ ਮੌਤ ਨਾਲ ਇਹ ਕਰਨ ਮੁਖੋਲਾ ਮਸਤੇ ਵਿੱਚ ਪਿਆਰਾ ਕੁਦਰਤ ਦੇ ਮੈਂ ਕਾਦਰ ਅੱਗੇ ਐਯੋ ਅਰਜ਼ ਗੁਜ਼ਾਰਾਂ ਦੇਸ਼ ਪੰਜਾਬ ਦੀਆਂ ਖੇੜੀਆਂ ਰਹਿਣ ਬਹਾਰਾਂ ਦੇਸ਼ ਪੰਜਾਬ ਦੀਆਂ ਖੇੜੀਆਂ ਰਹਿਣ ਬਹਾਰਾਂ ਹੁਣ ਇਸ ਤੇ ਵਿੱਚ ਬੱਚੋ ਪੰਜਾਬ ਦੇ ਕਬਰੂ ਅਤੇ ਮੋਟਿਆਰਾ ਦੀ ਮਹਿਮਾ ਕੀਤੀ ਗਈ ਹੈ ਮਤਲਬ ਪੂਰੇ ਪੰਜਾਬ ਦੀ ਮਹਿਮਾ ਕੀਤੀ ਗਈ ਹੈ ਹਨਾ ਵੀ ਮੇਰੇ ਦੇਸ਼ ਪੰਜਾਬ ਦੇ ਗੱਪਰੂ ਛੈਲ ਛਬੀਲੇ ਹਨ ਠੀਕ ਹੈ ਨਾ ਦੇਸ਼ ਮੇਰੇ ਦੇ ਬਾਂਕੇ ਗੱਪਰੂ ਮਸਤ ਅਲੜ ਮੋਟਿਆਰਾ ਵੀ ਇੱਥੋਂ ਦੀਆਂ ਮੋਟਿਆਰਾ ਕੀ ਨੇ ਮਸਤ ਨੇ ਅਲੜ ਨੇ ਠੀਕ ਹੈ ਨਾ ਨੱਚਦੇ ਟੱਪਦੇ ਗਿੱਧਾ ਪਾਉਂਦੇ ਕੌਂਦੇ ਰਹਿੰਦੇ ਵਾਰਾਂ ਵੀ ਇਹ ਨੱਚਦੇ ਨੇ ਟੱਪਦੇ ਨੇ ਗਿੱਧਾ ਪਾਉਂਦੇ ਨੇ ਵਾਰਾਂ ਕੀ ਹੁੰਦੀਆਂ ਨੇ ਬੱਚੋ ਜੋ ਵੀਰ ਹੁੰਦੇ ਨੇ ਨਾ ਮਤਲਬ ਯੁੱਧ ਦੇ ਵਿੱਚ ਲੜਦੇ ਨੇ ਯੋਧੇ ਹੁੰਦੇ ਨੇ ਉਹਨਾਂ ਦੇ ਗੀਤਾਂ ਨੂੰ ਪਵਾਰਾਂ ਕਹਿੰਦੇ ਹੁੰਨੇ ਆ ਠੀਕ ਹੈ ਨਾ ਵੀ ਉਹ ਗਾਉਂਦੇ ਨੇ ਨੱਚਦੇ ਟੱਪਦੇ ਨੇ ਵਾਰਾਂ ਗਾਉਂਦੇ ਨੇ ਪ੍ਰੇਮ ਲੜੀ ਵਿੱਚ ਇੰਜ ਪਰੋਏ ਜਿਉਂ ਕੁੰਜਾਂ ਦੀਆਂ ਡਾਰਾਂ ਵੀ ਇਹ ਪ੍ਰੇਮ ਲੜੀ ਦੇ ਵਿੱਚ ਇੰਜ ਪਰੋਏ ਹੋਏ ਨੇ ਜਿਵੇਂ ਕੁੰਜਾਂ ਦੀਆਂ ਡਾਰਾਂ ਨੇ ਕੁੰਜਾਂ ਨੂੰ ਆਪ ਦੇਖਦੇ ਨੇ ਵੀ ਨਾਲ-ਨਾਲ ਉੱਡਦੀਆਂ ਨੇ ਮਸਤੇ ਵਿੱਚ ਪਿਆਰਾ ਮੌਤ ਨਾਲ ਇਹ ਕਰਨ ਮਖੌਲਾ ਮਸਤੇ ਵਿੱਚ ਪਿਆਰਾ ਵੀ ਮੌਤ ਨੂੰ ਹੀ ਮਖੌਲ ਕਰਦੇ ਨੇ ਮਤਲਬ ਬਹਾਦਰ ਨੇ ਲੜਦੇ ਨੇ ਇਹ ਡਰਦੇ ਨਹੀਂ ਕਿਸੇ ਤੋਂ ਠੀਕ ਹੈ ਨਾ ਮਸਤੇ ਵਿੱਚ ਪਿਆਰਾਂ ਠੀਕ ਹੈ ਵੀ ਇਹ ਪਿਆਰਾਂ ਦੇ ਵਿੱਚ ਵੀ ਮਸਤ ਰਹਿੰਦੇ ਨੇ ਕੁਦਰਤ ਦੇ ਮਹਾਕਾਦਰ ਅੱਗੇ ਵੀ ਕੁਦਰਤ ਦਾ ਕਾਦਰ ਕਿਨੂੰ ਕਿਹਾ ਕਿ ਬੱਚਿਓ ਪਰਮਾਤਮਾ ਨੂੰ ਰਚਨਹਾਰੀ ਨੂੰ ਠੀਕ ਹੈ ਇਹੋ ਅਰਜ਼ੀ ਗੁਜ਼ਾਰਾ ਵੀ ਮੈਂ ਇਹੀ ਔਰਦਾਸ ਕਰਦਾ ਦੇਸ਼ ਪੰਜਾਬ ਦੀਆਂ ਖਿੜੀਆਂ ਰਹਿਣ ਬਹਾਰਾਂ ਜਿਸ ਤਰ੍ਹਾਂ ਹੁਣ ਬਹਾਰਾਂ ਮੇਰੇ ਪੰਜਾਬ ਦੇ ਉੱਪਰ ਇਸ ਤਰ੍ਹਾਂ ਹਮੇਸ਼ਾ ਇਹ ਖਿੜਿਆ ਰਹੇ ਪ੍ਰਸ਼ਨ ਉੱਤਰ ਬੱਚਿਓ ਇਸ ਦੇ ਨਾਲ ਸੰਬੰਧਿਤ ਦੇਸ਼ ਮੇਰੇ ਦੇ ਬਾਂਕੇ ਗੱਭਰੂ ਬੋਲੀ ਅਨੁਸਾਰ ਮੇਰੇ ਦੇਸ਼ ਦੇ ਗੱਭਰੂ ਕਿਹੋ ਜਿਹੇ ਹਨ ਪੰਕੇ ਦੇਸ਼ ਮੇਰੇ ਦੇ ਪੰਕੇ ਗੱਭਰੂ ਬੋਲੀ ਅਨੁਸਾਰ ਮੇਰੇ ਦੇਸ਼ ਦੀਆਂ ਮੁਟਿਆਰਾਂ ਕਿਹੋ ਜੀਆਂ ਹਨ ਮਸਤ ਅਲੜ ਦੇਸ਼ ਮੇਰੇ ਦੇ ਪੰਕੇ ਗੱਭਰੂ ਬੋਲੀ ਅਨੁਸਾਰ ਮੇਰੇ ਦੇਸ਼ ਦੇ ਗੱਭਰੂ ਕੀ ਗਾਉਂਦੇ ਹਨ ਵਾਰਾ ਦੇਸ਼ ਮੇਰੇ ਦੇ ਪੰਕੇ ਗੱਭਰੂ ਬੋਲੀ ਅਨੁਸਾਰ ਗੱਭਰੂ ਪ੍ਰੇਮ ਲੜੀ ਵਿੱਚ ਕਿਸ ਤਰ੍ਹਾਂ ਪਰੋਏ ਰਹਿੰਦੇ ਹਨ ਕੁੰਜਾਂ ਦੀਆਂ ਡਾਰਾਂ ਵਾਂਗ ਦੇਸ਼ ਮੇਰੇ ਦੇ ਬਾਂਕੇ ਗੱਭਰੂ ਬੋਲੀ ਵਿੱਚ ਕਿੰਨਾ ਨੂੰ ਮੌਤ ਨਾਲ ਮਖੌਲਾ ਕਰਨ ਵਾਲੀ ਦੱਸਿਆ ਗਿਆ ਹੈ ਪੰਜਾਬ ਦੇ ਗੱਭਰੂਆਂ ਨੂੰ ਦੇਸ਼ ਮੇਰੇ ਦੇ ਬਾਂਕੇ ਗੱਭਰੂ ਬੋਲੀ ਵਿੱਚ ਕਿਹੜੇ ਦੇਸ਼ ਦੀਆਂ ਬਹਾਰਾਂ ਕਿਹੜੀਆਂ ਰਹਿਣ ਦੀ ਮੰਗ ਕੀਤੀ ਗਈ ਹੈ ਪੰਜਾਬ ਦੀਆਂ ਦੀ ਉਸ ਤੋਂ ਬਾਅਦ ਅਗਲੀ ਬੋਲੀ ਆ ਗਿਆ ਬੱਚੋ ਤਾਰਾਂ 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 ਬੋਲੀਆਂ ਦਾ ਖੂਹ ਭਰਦਿਆਂ ਜਿੱਥੇ ਪਾਣੀ ਭਰਨ ਮੁਟਿਆਰਾ ਬੋਲੀਆਂ ਦੀ ਸੜਕ ਬੰਨਾ ਜਿੱਥੇ ਚੱਲਦੀਆਂ ਮੋਟਰ ਕਾਰਾਂ ਬੋਲੀਆਂ ਦੀਆਂ ਰੇਲ ਪਰਾਂ ਜਿੱਥੇ ਦੁਨੀਆ ਚੜੇ ਹਜ਼ਾਰਾਂ ਬੋਲੀਆਂ ਦੀ ਕਿਕਰ ਪਰਾਂ ਜਿੱਥੇ ਕਾਰਟੋ ਲਵੇ ਬਹਾਰਾਂ ਬੋਲੀਆਂ ਦੀ ਨਹਿਰ ਪਰਾਂ ਜਿੱਥੇ ਲੱਗਦੇ ਮੋਗੇ ਨਾਲਾਂ ਜਿਉਂਦੀ ਮੈਂ ਮਰ ਕੇ ਕੱਢੀਆਂ ਜੇਠ ਨੇ ਗਾਣਾ ਠੀਕ ਹੈ ਨਾ ਵੀ ਕਹਦੇ ਵਿੱਚ ਇੱਕ ਮਸਤ ਅਲਬੇਲੀ ਜੋ ਮੁਟਿਆਰ ਹੈ ਓਹੋ ਐਨੀ ਸੋਹਣੀ ਗੋਂਦੀ ਐ ਬੋਲਦੀ ਐ ਨੱਚਦੀ ਐ ਠੀਕ ਹੈ ਨਾ ਪਰ ਜਦੋਂ ਕੋਈ ਉਸ ਨੂੰ ਬੁਰਾ ਭਲਾ ਬੋਲਦਾ ਐ ਉਹ ਬਿਲਕੁਲ ਵੀ ਨਹੀਂ ਸਹਾਰ ਸਕਦੀ ਹੈ ਨਾ ਤਾਂ ਇਸ ਤਰ੍ਹਾਂ ਉਸਦੀ ਉਸ ਤਰ੍ਹਾਂ ਕੀਤੀ ਗਈ ਐ ਇੱਕ ਲੜਕੀ ਦੀ ਤੇ ਉਹ ਕਹਿੰਦੀ ਐ ਵੀ ਤਾਰਾਂ 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 ਬੋਲੀਆਂ ਦਾ ਖੂਹ ਭਰਦਿਆਂ ਜਿੱਥੇ ਪਾਣੀ ਭਰਨਾ ਮੁਟਿਆਰਾ ਵੀ ਮੈਂ ਇੰਨੀਆਂ ਬੋਲੀਆਂ ਪਾਉਂਗੀ ਠੀਕ ਹੈ ਨਾ ਵੀ ਖੂਹ ਭਰ ਜੂਗਾ ਜਿੱਥੇ ਮੁਟਿਆਰਾ ਪਾਣੀ ਭਰਨਾ ਕਿਹਾ ਬੋਲੀਆਂ ਦੀ ਸੜਕ ਬੰਨਾ ਜਿੱਥੇ ਚੱਲਦੀਆਂ ਮੋਟਰ ਕਾਰਾਂ ਪੈੰਨੀ ਬੋਲੀਆਂ ਬਣਾ ਕੇ ਸੜਕ ਬਣਾਦਾ ਜਿੱਥੇ ਮੋਟਰ ਕਾਰਾਂ ਚੱਲਣ ਬੋਲੀਆਂ ਦੀ ਰੇਲ ਪਰਾਂ ਜਿੱਥੇ ਦੁਨੀਆ ਚੜੇ ਹਜ਼ਾਰਾਂ ਜਿੱਥੇ ਦੁਨੀਆ ਹਜ਼ਾਰਾਂ ਚੜੇ ਬੋਲੀਆਂ ਦੀ ਕਿਕਰ ਪਰਾਂ ਜਿੱਥੇ ਕਾਟੋ ਲਵੇ ਬਹਾਰਾਂ ਕਾਟੋ ਕਿਕਰਾਂ ਤੇ ਖੇਡਦੀ ਐ ਨਾ ਬੱਚੋ ਵੀ ਓਦਾਂ ਮੈਂ ਬਣਾਦਾ ਆਪਣੀਆਂ ਬੋਲੀਆਂ ਦੇ ਨਾਲ ਬੋਲੀਆਂ ਦੀ ਨਹਿਰ ਪਰਾਂ ਜਿੱਥੇ ਲੱਗਦੇ ਮੋਕੇ ਨਾਲਾਂ ਵੀ ਮੈਂ ਆਪਣੀਆਂ ਬੋਲੀਆਂ ਦੇ ਨਾਲ ਨਹਿਰ ਭਰਦਾ ਠੀਕ ਹੈ ਨਾ ਮੋਗੇ ਦੇ ਨਾਲ ਆ ਦੇਖ ਕੇ ਬੋਲੀਆਂ ਦੀ ਰਚਨਾ ਨਾਲ ਨਹਿਰ ਪਰ ਸਕਦੀ ਹਾਂ ਠੀਕ ਹੈ ਫਿਰ ਉਸ ਤੋਂ ਬਾਅਦ ਜਿਉਂਦੀ ਮੈਂ ਮਰ ਗਈ ਕੱਡੀਆਂ ਜੇਠ ਨੇ ਗਾਲਾਂ ਤਾਂ ਉਹ ਲੜਕੀ ਕਹਿੰਦੀ ਹੈ ਵਿਅਵਤਾ ਲੜਕੀ ਜੋ ਹੁੰਦੀ ਹੈ ਤਾਂ ਵੀ ਮੈਂ ਜਿਉਂਦੀ ਮਰ ਗਈ ਠੀਕ ਹੈ ਮੈਨੂੰ ਮੇਰੇ ਜੇਠ ਨੇ ਗਾਲਾਂ ਕੱਡੀਆਂ ਹਾਲਾਂਕਿ ਮੈਨੂੰ ਗੁਨਾਕਾਰਾਂ ਵੀ ਇੱਕ ਮੈਨੂੰ ਸ਼ਬਦ ਦਿੱਤਾ ਜਾਵੇ ਮੈਂ ਇੰਨੀ-ਇੰਨੀਆਂ ਬੋਲੀਆਂ ਉਸਤੇ ਬਣਾ ਸਕਦੀ ਆ ਠੀਕ ਹੈ ਇਸ ਤਰ੍ਹਾਂ ਬੱਚਿਓ ਹੁਣ ਆਪਾਂ ਲੰਮੀਆਂ ਬੋਲੀਆਂ ਦੇ ਵਿਸਥਾਰਪੂਰਵਕ ਪ੍ਰਸ਼ਨ ਉੱਤਰ ਕਰਦੇ ਆ ਵੀ ਸਾਡੇ ਪਿੰਡ ਦੇ ਮੁੰਡੇ ਵੇਖ ਲਓ ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦੀ ਸਰੀਰਕ ਪੱਖੋਂ ਕਿਸ ਨਾਲ ਤੁਲਨਾ ਕੀਤੀ ਗਈ ਹੈ ਪਿੰਡ ਦੇ ਮੁੰਡਿਆਂ ਦੀ ਟਾਲੀ ਦੇ ਪਾਵਿਆਂ ਨਾਲ ਤੁਲਨਾ ਕੀਤੀ ਗਈ ਹੈ ਸਾਡੇ ਪਿੰਡ ਦੇ ਮੁੰਡੇ ਵੇਖ ਲਓ ਬੋਲੀ ਵਿੱਚ ਪਿੰਡ ਦੇ ਮੁੰਡਿਆਂ ਦਾ ਪਹਿਰਾਵਾ ਕਿਹੋ ਜਿਹਾ ਹੈ ਜਿਵੇਂ ਪਿੰਡ ਦੇ ਮੁੰਡੇ ਮਲਮਲ ਦੇ ਜੋ ਕੁਰਤੇ ਪਾਉਂਦੇ ਨੇ ਕੰਨੀਦਾਰ ਚਾਤਰੇ ਬੰਦਦੇ ਨੇ ਠੀਕ ਹੈ ਸਿਰ ਤੇ ਸਤਾਫਾ ਬੰਦਦੇ ਨੇ ਦੁਧਿਆਕਾਸ਼ਨੀ ਰੰਗ ਦਾ ਪਿੰਡ ਦਾ ਸਾਡੇ ਬੋਲੀ ਦਾ ਰਚਨਹਾਰ ਆਪਣੇ ਬਾਰੇ ਕੀ ਕਹਿੰਦਾ ਹੈ ਇਸ ਬੋਲੀ ਵਿੱਚ ਬੋਲੀ ਦਾ ਰਚਨਹਾਰਾ ਆਪਣੇ ਬਾਰੇ ਦੱਸਦਾ ਹੈ ਕਿ ਉਹ ਆਪਣੇ ਪਿੰਡ ਦੇ ਸਾਤ ਤੇ ਡੇਰੇ ਵਿੱਚ ਗੁਰਮੁਖੀ ਪੜ੍ਹਦਾ ਹੁੰਦਾ ਸੀ ਉਹ ਹਰ ਸਮੇਂ satsang ਵਿੱਚ ਬੈਠਦਾ ਸੀ ਤੇ ਮਾੜੇ ਬੰਦੇ ਕੋਲ ਕਦੇ ਨਹੀਂ ਸੀ ਖੜਦਾ ਪਰ ਫਿਰ ਵੀ ਉਸ ਤੇ ਜੀਵਨ ਵਿੱਚ ਇਹੋ ਜਿਹਾ ਬਦਲਾ ਆਇਆ ਉਸਦੇ ਮਨ ਵਿੱਚ ਬੋਲੀਆਂ ਪਾਉਣ ਦੀ ਇੱਛਾ ਪੈਦਾ ਹੋ ਗਈ ਤੇ ਉਹ ਗਿੱਧੇ ਦੇ ਵਿੱਚ ਬੋਲੀਆਂ ਪਾਉਣ ਵਾਸਤੇ ਆ ਗਿਆ ਉੱਥੇ ਉਹ ਸ਼ੌਂਕ ਨਾਲ ਬੋਲੀਆਂ ਪਾਉਂਦਾ ਸੀ ਤੇ ਕਿਸੇ ਤੋਂ ਨਹੀਂ ਸੀ ਡਰਦਾ ਫਿਰ ਉਸ ਤੋਂ ਬਾਅਦ ਪਿੰਡ ਦਾ ਸਾਡੇ ਬੋਲੀ ਵਿੱਚ ਕਿਹੜਾ ਜੀਵਨ ਸੱਚ ਪੇਸ਼ ਕੀਤਾ ਗਿਆ ਹੈ ਇਸ ਬੋਲੀ ਵਿੱਚ ਜੀਵਨ ਸੱਚ ਨੂੰ ਪੇਸ਼ ਕੀਤਾ ਗਿਆ ਹੈ ਕਿ ਗੱਭਰੂ ਮਨ ਨੀਰੀ ਰੋਹਾਨੀਅਤ ਵਿੱਚ ਨਹੀਂ ਸਗੋਂ ਨੱਚਣ ਗਾਉਣ ਵਿਚ ਦਿਲਚਸਪੀ ਰੱਖਦਾ ਹੈ ਦੇਸ਼ ਮੇਰੇ ਦੇ ਬਾਂਕੇ ਗੱਭਰੂ ਬੋਲੀ ਵਿੱਚ ਪੰਜਾਬ ਬਾਰੇ ਕੀ ਸ਼ੁਭਕਾਮਨਾ ਪ੍ਰਗਟ ਕੀਤੀ ਗਈ ਹੈ ਇਸ ਬੋਲੀ ਵਿੱਚ ਪੰਜਾਬ ਦੀ ਸੱਭਿਆਚਾਰਕ ਤੇ ਆਰਥਿਕ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ ਹੈ ਤਾਰਾਂ 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 ਬੋਲੀ ਵਿੱਚ ਕਿਸ-ਕਿਸ ਚੀਜ਼ ਦਾ ਜ਼ਿਕਰ ਆਇਆ ਹੈ ਇਸ ਬੋਲੀ ਵਿੱਚ ਖੂ ਮੋਟਿਆਰਾ ਪਾਣੀ ਸੜਕ ਮੋਟਰ ਕਾਰਾਂ ਰੇਲ ਦੁਨੀਆ ਕਿਕਰ ਕਾਟੋ ਬਹਾਰਾਂ ਨਹਿਰ ਮੋਗੇ ਨਾਲਾ ਜੇਠ ਗਾਲਾਂ ਤੇ ਬੋਲੀਆਂ ਦਾ ਜ਼ਿਕਰਾ ਹੈ ਤਾਰਾਂ 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 ਬੋਲੀ ਵਿੱਚ ਜਿਉਂਦੀ ਮੈਂ ਮਰ ਗਈ ਤੋਂ ਕੀ ਭਾਵ ਹੈ ਜਿਉਂਦੀ ਮੈਂ ਮਰ ਗਈ ਤੋਂ ਭਾਵ ਹੈ ਕਿ ਉਸ ਨੂੰ ਇੰਨੀ ਸ਼ਰਮ ਆਈ ਜਦੋਂ ਉਸ ਨੂੰ ਉਸਦੇ ਜੇਠ ਨੇ ਮਤਲਬ ਘਰ ਵਾਲੇ ਦੇ ਵੱਡੇ ਭਰਾ ਨੇ ਗਾਲਾਂ ਕੱਢੀਆਂ ਸੋ ਇਹ ਸਨ ਬੱਚੋ ਬੋਲੀਆਂ ਇਹਨਾਂ ਨੂੰ ਪਾਇਆ ਕਰੋ ਗਿੱਧੇ ਦੇ ਭੰਗੜੇ ਦੇ ਵਿੱਚ ਭਾਗ ਲਿਆ ਕਰੋ ਠੀਕ ਹੈ ਨਾ ਆਪਣੇ ਵਿਰਸੇ ਨੂੰ ਜਿਉਂਦਾ ਰੱਖੋ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪੋ ਸੋਨਣਾ ਤੇ ਸਮਝਣ ਲਈ ਧੰਨਵਾਦ ਬੱਚਿਓ ਤੁਹਾਡਾ ਬਹੁਤ ਬਹੁਤ